ਯੂਕੇ ਜਾ ਕੇ ਪੰਜਾਬ ਦੀ ਇੱਕ ਹੋਰ ਕੁੜੀ ਮੁੱਕਰ ਗਈ। ਆਪਣੇ ਪਤੀ ਨੂੰ ਬੁਲਾਉਣਾ ਤਾਂ ਕੀ ਸੀ, ਉਲਟਾ ਉਸਦਾ ਫੋਨ ਵੀ ਚੁੱਕਣਾ ਬੰਦ ਕਰ ਦਿੱਤਾ। ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਇਹ ਪਰਿਵਾਰ, ਜਿਨ੍ਹਾਂ ਨੇ ਆਪਣੀ ਨੂੰਹ ਤੇ 25 ਲੱਖ ਲਗਾਏ ਸੀ, 25 ਲੱਖ ਖਰਚ ਕੇ ਉਸਨੂੰ ਇੰਗਲੈਂਡ ਭੇਜਿਆ ਸੀ, ਇਸ ਆਸ ਦੇ ਨਾਲ ਕਿ ਉਹਨਾਂ ਦਾ ਮੁੰਡਾ ਵਿਦੇਸ਼ ਜਾਵੇਗਾ ਔਰ ਚੰਗਾ ਜੀਵਨ ਬਤੀਤ ਕਰੇਗਾ। ਪਰ ਅਜਿਹਾ ਨਹੀਂ ਹੋਇਆ, ਸਾਰੇ ਸੁਪਨੇ ਚੱਕਣਾ ਚੂਰ ਹੋ ਗਏ। ਲੜਕੀ ਬਾਹਰ ਜਾ ਕੇ ਮੁੱਕਰ ਗਈ ਔਰ ਮੁੰਡੇ ਨੂੰ ਬੁਲਾਉਣ ਤੋਂ ਕੋਰਾ ਜਵਾਬ ਦੇ ਦਿੱਤਾ। ਦੱਸਦੀਏ ਕਿ ਇਹ ਮਾਮਲਾ ਰਾਏਕੋਟ ਦੇ ਪਿੰਡ ਟੂਸਾ ਤੋਂ ਸਾਹਮਣੇ ਆਇਆ ਔਰ ਲੜਕੀ ਰਾਮਗੜ੍ਹ ਸਰਦਾਰਾਂ ਦੀ ਸੀ, ਜੋ ਕਿ ਟੂਸਾ ਪਿੰਡ ਦੇ ਵਿੱਚ ਵਿਆਹੀ ਸੀ। 2022 ਦੇ ਵਿੱਚ ਇਹਨਾਂ ਦਾ ਵਿਆਹ ਲਾਡਾ ਚਾਵਾਂ ਦੇ ਨਾਲ ਹੋਇਆ ਔਰ ਵਿਧਵਾ ਮਾਂ ਨੇ ਆਪਣਾ ਪੁੱਤ ਇਸ ਕਰਕੇ ਇਸ ਕੁੜੀ ਦੇ ਨਾਲ ਵਿਆਹਿਆ ਸੀ ਕਿ ਉਹ ਵਿਦੇਸ਼ ਜਾਵੇਗਾ। 10 ਮਹੀਨੇ ਗੱਲਬਾਤ ਹੁੰਦੀ ਰਹੀ, ਪਰ ਆਖਿਰਕਾਰ ਕੁੜੀ ਨੇ ਆਪਣਾ ਰੰਗ ਢੰਗ ਦਿਖਾਉਣਾ ਸ਼ੁਰੂ ਕਰ ਦਿੱਤਾ, ਲੜਕੇ ਦਾ ਫੋਨ ਚੁੱਕਣਾ ਬੰਦ ਕੀਤਾ। ਹੁਣ ਅੰਬੈਸੀ ਦੇ ਵਿੱਚ ਇਸ ਲੜਕੇ ਦੀ ਫਾਈਲ ਰੁਲ ਰਹੀ ਹੈ ਔਰ ਦੂਜੇ ਬੰਨੇ ਮਾਮਲਾ ਪੁਲਿਸ ਦੇ ਕੋਲ ਪਹੁੰਚ ਗਿਆ। ਪੁਲਿਸ ਨੇ ਲੜਕੀ ਅਤੇ ਉਸਦੀ ਮਾਂ ਦੇ ਖਿਲਾਫ ਪਰਚਾ ਦਰਜ ਕੀਤਾ ਤਾਂ 420-120-20 ਦੇ ਤਹਿਤ ਮੁਕੱਦਮਾ ਦਰਜ ਕਰਕੇ ਇਸ ਮਾਮਲੇ ਦੀ ਜਾਂਚ ਕੀਤੀ ਗਈ ਹੈ। ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਇਹ ਨੌਜਵਾਨ, ਉਹਨਾਂ ਦੇ ਸਕੇ ਸੰਬੰਧੀ ਜੋ ਇਨਸਾਫ ਦੀ ਗੱਲ ਕਰਦੇ ਨੇ, ਇਹਨਾਂ ਨੇ ਸਾਫ਼ ਤੌਰ 'ਤੇ ਕਹਿ ਦਿੱਤਾ ਕਿ ਸਾਨੂੰ ਲੜਕੀ ਦੀ ਨਹੀਂ ਸਗੋਂ ਜੋ ਉਸਤੇ ਪੈਸੇ ਖਰਚੇ ਨੇ ਉਹ ਖਰਚਾ ਉਹਨਾਂ ਨੂੰ ਵਾਪਸ ਦਿੱਤਾ ਜਾਵੇ। ਤਾਂ ਦੱਸਦੀਏ ਕਿ ਯੂਕੇ ਦੇ ਵਿੱਚ ਜਾ ਕੇ ਇੱਕ ਹੋਰ ਕੁੜੀ ਮੁੱਕਰ ਗਈ, ਆਪਣੇ ਪਤੀ ਦਾ ਫੋਨ ਵੀ ਇਸਨੇ ਨਹੀਂ ਚੁੱਕਿਆ। ਪਹਿਲਾਂ ਥੋੜ੍ਹਾ ਸਮਾਂ ਗੱਲਬਾਤ ਕਰਦੀ ਰਹੀ, ਫਿਰ ਹੌਲੀ ਹੌਲੀ ਘੱਟ ਕਰ ਦਿੱਤਾ। ਤਾਂ ਹੁਣ ਇਨਸਾਫ ਦੀ ਮੰਗ ਇਸ ਸਹੁਰੇ ਪਰਿਵਾਰ ਦੇ ਵੱਲੋਂ ਕੀਤੀ ਗਈ ਹੈ। ਮੇਰਾ ਨਾਮ ਬਲਰਾਜ ਸਿੰਘ ਜੀ। ਕੀ ਘਟਨਾ ਵਾਪਰੀ ਸੀ? ਘਟਨਾ ਜੀ, ਮੇਰੀ ਵਾਈਫ ਦਾ ਨਾਮ ਪ੍ਰਭਜੋਤ ਕੌਰ ਆ ਜੀ, ਅਤੇ ਮੈਂ ਰਾਮਗੜ੍ਹ ਸਰਦਾਰਾਂ ਵਿਆਹਿਆ ਹੋਇਆ ਜੀ, ਅਤੇ ਉਹ ਇੱਥੋਂ ਵਿਆਹ ਤੋਂ ਬਾਅਦ 1.5 ਮਹੀਨਾ ਸਾਡੇ ਕੋਲ ਰਹੀ ਸੀ, ਅਤੇ ਉਸ ਤੋਂ ਬਾਅਦ ਮੇਰੀ ਵਾਈਫ, ਅਤੇ ਉਸ ਤੋਂ ਬਾਅਦ ਉਹ ਇੱਥੋਂ ਚਲੀ ਗਈ ਵਿਆਹ ਤੋਂ ਬਾਅਦ 1.5 ਮਹੀਨੇ ਬਾਅਦ। ਅਤੇ ਠੀਕ ਹੈ ਜੀ, ਅਤੇ ਕਦੋਂ ਵਿਆਹ ਹੋਇਆ ਤੁਹਾਡਾ? ਇਹ ਕੀ ਨਾਮ ਸੀ ਉਹਨਾਂ ਦਾ? ਮੇਰੀ ਵਾਈਫ ਦਾ ਨਾਮ ਪ੍ਰਭਜੋਤ ਹੈ ਜੀ, ਅਤੇ ਮੇਰਾ ਵਿਆਹ ਹੋਇਆ ਸੀਗਾ ਜੀ 2022 ਦੇ ਵਿੱਚ। ਵਿਆਹ ਦੇ ਵਿੱਚ ਇਹ ਗੱਲਬਾਤ ਹੋਈ ਸੀਗੀ ਵੀ ਅਸੀਂ ਪੈਸਾ ਲਾਇਆ ਸੀਗਾ ਅਤੇ ਵੀ ਮੁੰਡੇ ਨੂੰ ਬਾਹਰ ਭੇਜਣਾ, ਅਤੇ ਉਸ ਤੋਂ ਬਾਅਦ ਇਹ ਕਹਿੰਦੇ ਠੀਕ ਆ ਵੀ ਅਸੀਂ ਸੱਦ ਲਾਂਗੇ, ਅਤੇ ਉਸ ਤੋਂ ਬਾਅਦ ਇੱਥੇ ਜਾ ਕੇ ਮੁੱਕਰ ਗਈ। ਸਾਡਾ ਵਿਆਹ 23 ਲੱਖ ਰੁਪਇਆ ਹੋ ਗਿਆ ਸੀਗਾ ਖਰਚ, ਅਤੇ ਅਸੀਂ ਅਰੇਂਜਮੈਂਟ ਹੀ ਜ਼ਮੀਨ ਵੇਚ ਕੇ ਕੀਤਾ ਵਾ। ਲੜਕੀ ਪਹਿਲਾਂ ਤਾਂ ਫੋਨ ਕਰਦੀ ਰਹੀ ਹੈ ਜੀ ਮੇਰੇ ਨਾਲ ਗੱਲਬਾਤ, ਅਤੇ ਉਸ ਤੋਂ ਬਾਅਦ ਉਹ ਉੱਥੋਂ ਸਾਡੇ ਰੈਸਟੋਰੈਂਟ ਕੋਲੋਂ ਵੀ ਲੜ ਕੇ ਚਲੇ ਗਈ ਵੀ ਸਾਨੂੰ ਫੋਨ ਕਰਨ ਵੀ ਹਟ ਗਈ। ਵਿਆਹ ਨੂੰ ਹੋ ਗਿਆ ਜੀ 2.5 ਸਾਲ ਹੋ ਗਏ, ਅਤੇ ਹੁਣ ਬਸ ਹੁਣ ਕਹਿੰਦੀ ਮੈਂ ਸੱਦਣਾ ਨਹੀਂ ਜੀ, ਹੁਣ ਮੁੱਕਰ ਗਈ ਆ। ਕਿਹਦੇ ਖਿਲਾਫ ਹੋਇਆ ਜੀ? ਮੇਰੀ ਵਾਈਫ ਪ੍ਰਭਜੋਤ ਕੌਰ ਅਤੇ ਮੇਰੀ ਸੱਸ ਕਰਮਜੀਤ ਕੌਰ ਜੀ, ਉਹਨਾਂ ਦੇ ਖਿਲਾਫ ਪਰਚਾ ਦਰਜ ਹੋਇਆ। ਹੁਣ ਤੁਸੀਂ ਕੀ ਮੰਗ ਕਰਦੇ ਹੋ? ਹੁਣ ਸਾਨੂੰ ਇਨਸਾਫ਼ ਚਾਹੀਦਾ ਵਾ, ਅਤੇ ਹੁਣ ਵਾਈਫ ਉੱਧਰ ਬੈਠੀ ਉਹਨੂੰ ਰਿਪੋਰਟ ਕੀਤਾ ਜਾਵੇ, ਅਤੇ ਸਾਨੂੰ ਉਹ ਕਾਨੂੰਨ ਦੇ ਹਿਸਾਬ ਨਾਲ ਵਾ। ਗੱਲਬਾਤ ਜੀ, ਮੇਰੇ ਹਸਬੈਂਡ ਨੂੰ 15 ਸਾਲ ਹੋ ਗਏ ਦਿੱਤ ਹੋਈ ਨੂੰ। ਮੈਂ ਆਪਦੇ ਬੇਟੇ ਬਲਰਾਜ ਸਿੰਘ ਦਾ ਵਿਆਹ ਪ੍ਰਭਜੋਤ ਨਾਲ ਕੀਤਾ ਸੀ, ਪੱਕਾ ਵਿਆਹ ਕੀਤਾ ਸੀ ਬਹੁਤ ਚਾਵਾਂ ਨਾਲ, ਅਤੇ ਜੀ 1.5 ਮਹੀਨਾ ਸਾਡੇ ਕੋਲ ਰਹੀ ਆ ਉਹ। ਥੋੜ੍ਹਾ ਚਿਰ ਜੀ ਸਾਨੂੰ ਫੋਨ ਕਰਦੀ ਰਹੀ ਆ, ਪਰ ਮੇਰੇ ਬੇਟੇ ਨੇ ਉਹਨੇ ਮਨ ਨਹੀਂ ਰਲਾਇਆ। ਬਸ ਹੁਣ ਜੀ ਸਾਨੂੰ ਫੋਨ ਕਰਨ ਹਟ ਗਏ ਸੀ, ਬਹੁਤ ਪੈਸੇ ਨੂੰ ਵੀ ਕਿਹਾ ਵੀ ਜਿੰਨੇ ਲੱਗੇ ਸਾਨੂੰ ਦੇ ਦਿਓ ਪੈਸੇ, ਉਹ ਕਹਿੰਦੇ ਸਾਡੇ ਕੋਲ ਹੈ ਨਹੀਂ ਗੇ। ਬਸ ਇੱਕੋ ਹੀ ਗੱਲ ਉਹਨਾਂ ਦੀ ਰੱਖੀ ਹੋਈ ਆ। ਕਿੰਨਾ ਖਰਚਾ? 23 ਲੱਖ ਜੀ।
ਕਿੱਥੋਂ ਦਿੱਤਾ ਸੀ 3 ਲੱਖ ਰੁਪਏ? ਅਸੀਂ ਜ਼ਮੀਨ ਵੇਚੀ ਸੀ ਜੀ ਆਪਦੀ। ਹੁਣ ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਮੰਗ ਕਰ ਰਹੇ ਸਾਨੂੰ ਸਾਫ਼ ਚਾਹੀਦਾ, ਬਸ ਸਾਨੂੰ ਜਿੰਨੇ ਲੱਗੇ ਬਸ ਉਹ ਪੈਸੇ ਚਾਹੀਦੇ ਨੇ। ਹਾਂਜੀ ਬਹੁਤ ਵਾਰੀ ਜੀ ਇਕੱਠੇ ਹੋਏ ਹਾਂ ਅਸੀਂ, ਸਾਨੂੰ ਬਸ ਇਹੀ ਕਹਿੰਦੇ ਰਹੇ ਸਲਾਹ ਕਰਾਂਗੇ ਸਲਾਹ ਕਰਾਂਗੇ, ਬਸ ਉਹਨਾਂ ਨੇ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਹੈਗਾ ਜੀ, ਮੁੜ ਕੇ ਸਾਡੀ ਬਾਤ ਨਹੀਂ ਪੁੱਛੀ। ਬਟ ਇੱਥੇ ਆ ਕੇ ਸਾਡੇ ਘਰੇ ਬੋਲ ਕੇ ਵੀ ਗਏ ਨੇ, ਗਾਲਾਂ ਕੱਢ ਕੇ ਗਏ ਨੇ ਸਾਨੂੰ ਆ ਕੇ ਬਾਹਰ ਜੀ, ਬੀਜ ਗਾਲਾਂ ਕੱਢੇ ਗਏ ਨੇ ਤੇ ਬੋਲ ਕੇ ਵੀ ਸਾਲਿਆਂ ਨੇ ਪੱਕਾ ਵਿਆਹ ਕਰਤੇ, ਅਸੀਂ ਫੀਸ ਨਹੀਂ ਭਰੀ ਹੈਗੀ। ਹਾਂਜੀ ਅਸੀਂ 3 ਲੱਖ ਭਰਿਆ ਸੀ, ਧੀ ਬਣਾ ਕੇ ਵਿਆਹ ਕੇ ਲਿਆਂਦੀ ਸੀ ਪਰ ਜੀ ਉਹ ਸਾਡੀ ਬਣੀ ਨਹੀਂ ਹੈਗੀ। ਨਹੀਂ ਜੀ ਸਾਡੇ ਖਾਤੇ ਚੋ ਗਏ ਸੀ। ਹਾਂਜੀ ਤੁਸੀਂ ਕਿਹੜੇ ਦੇਸ਼ ਭੇਜੀ ਸੀ? ਯੂਕੇ ਜੀ। ਹੁਣ ਕੀ ਮੰਗ ਕਰਦੇ ਤੁਸੀਂ? ਸਾਨੂੰ ਇਨਸਾਫ਼ ਚਾਹੀਦਾ ਜੀ, ਜਿਹੜੇ ਪੈਸੇ ਲੱਗੇ ਸਾਨੂੰ ਉਹ ਮਿਲਣੇ ਚਾਹੀਦੇ ਨੇ। 17 ਲੱਖ ਉਹ ਤਾਂ ਜਾਂਦੀ ਤੇ ਲੱਗਿਆ ਸੀਗਾ ਵੀ, ਜੇ ਤੱਕ ਬਾਕੀ ਸਾਡੀ ਜਿਹੜੀ ਸ਼ੋਪਿੰਗ ਕੀਤੀ ਹੈ ਨਾਲ ਡਾਲਰ ਬਟਾ ਕੇ ਦਿੱਤੇ ਸੀ, ਉਹ ਜਿਹੜੇ ਸਾਰਾ ਪਾ ਕੇ 23 ਲੱਖ ਲੱਗਿਆ ਵਾ ਸਾਡਾ ਜੀ। ਜਿਹੜਾ ਟੁੱਸੇ ਪਿੰਡ ਲੜਕੀ ਵਾਲਾ ਮਾਮਲਾ ਦਰਜ ਹੋਇਆ, ਕੀ ਮਾਮਲਾ ਸੀ ਜੀ ਤੇ ਕੀ ਕਾਰਵਾਈ ਹੋ ਜੀ? ਇਹ ਜੀ ਬਲਰਾਜ ਸਿੰਘ ਪੁੱਤਰ ਲੇਟ ਰਿਸ਼ਪਾਲ ਸਿੰਘ ਵਾਸੀ ਟੁੱਸਾ ਸੀ, ਉਹਨਾਂ ਦੀ ਮੈਰਿਜ ਹੋਈ ਸੀ ਪ੍ਰਭਜੋਤ ਕੌਰ ਨਾਲ, ਇਹ ਮਿਤੀ 9/10/23 ਨੂੰ ਹੋਈ ਸੀਗੀ। ਉਹਦੇ ਵਿੱਚ ਇਹ ਸੀਗਾ ਕਿ ਇਹਨਾਂ ਦੀ ਪਤਨੀ ਗਈ ਸੀ ਵਿਦੇਸ਼ ਪੜ੍ਹਨ, ਜੋ ਕਿ ਇਹਨਾਂ ਦਾ ਸੀਗਾ ਕਿ ਇਹ ਵੀ ਪਿੱਛੇ ਜਾਊਗਾ ਲੜਕਾ ਬਲਰਾਜ ਸਿੰਘ, ਅਤੇ ਜੋ ਕਿ ਇਹਨਾਂ ਦੀ ਕੋਈ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਅਣਬਣ ਹੋਈ ਹੈ, ਜਿਹਦੇ ਕਰਕੇ ਇਹਨਾਂ ਨੂੰ ਇਹ ਆ ਵੀ ਮੇਰੇ ਨਾਲ ਧੋਖਾ ਹੋਇਆ ਵਾ, ਅਤੇ ਬਾਅਦ ਇਨਕੁਆਇਰੀ ਇਹਦੇ ਵੱਲੋਂ ਦਰਖਾਸਤ ਦਿੱਤੀ ਗਈ ਸੀਗੀ, ਬਾਅਦ ਇਨਕੁਆਇਰੀ ਪਰਚਾ ਦਰਜ ਹੋਣਾ ਆ, ਬਾਅਦ ਪੜਤਾਲ। ਇਹ ਪ੍ਰਭਜੋਤ ਕੌਰ ਪੁੱਤਰੀ ਅਮਰਜੀਤ ਸਿੰਘ, ਹਰਦੀਪ ਕੌਰ ਪਤਨੀ ਅਮਰਜੀਤ ਸਿੰਘ, ਇਹ ਵਾਸੀ ਹੈਗੇ ਰਾਮਗੜ੍ਹ ਸਰਦਾਰਾ ਅਹਿਮਦਗੜ੍ਹ ਥਾਣੇ ਦੇ ਅਧੀਨ ਪੈਂਦਾ ਹੈ ਪਿੰਡ। ਠੀਕ ਹੈ ਜੀ। ਇਹਨਾਂ ਦੋਨਾਂ ਮਾਵਾਂ ਧੀਆਂ 'ਤੇ ਪਰਚਾ ਦਰਜ ਹੋਇਆ ਵਾ ਜੀ ਬਲਰਾਜ ਸਿੰਘ, ਇਹ 420/120B IPC ਦੇ ਅਧੀਨ ਹੋਇਆ ਦਰਜ। ਅਤੇ ਅੱਗੇ ਜਿਹੜੀ ਹੈਗੀ ਤਫਤੀਸ਼ ਇਹਦੀ ਅਮਲ 'ਚ ਲਿਆ ਰਹੇ ਹਾਂ ਆਪਾਂ, ਇਹ ਪਰਸੋਂ ਮੁਕੱਦਮਾ ਦਰਜ ਹੋਇਆ ਵਾ, ਇਹਨਾਂ ਨੂੰ ਸ਼ਾਮਲ ਪੜਤਾਲ ਸ਼ਾਮਲ ਤਫਤੀਸ਼ ਕਰਕੇ ਅੱਗੇ, ਅਤੇ ਜਿਹੜੇ ਹੋਰ ਵੀ ਕੋਈ ਇਹਨਾਂ ਦੇ ਖਿਲਾਫ਼ ਜੇ ਕੋਈ ਐਵੀਡੈਂਸ ਆਉਂਦੀ ਹੈ ਤਾਂ ਉਹ ਲੈ ਕੇ, ਅਤੇ ਅੱਗੇ ਜਿਹੜੇ ਹੈਗਾ ਇਹਦਾ ਛੇਤੀ ਮਾਮਲਾ ਇਹਨਾਂ ਨੂੰ ਗ੍ਰਿਫਤਾਰ ਕਰਕੇ ਆਪਣੀ ਪੇਸ਼ ਅਦਾਲਤ ਕੀਤਾ ਜਾਊਗਾ। ਨਹੀਂ ਜੀ ਗ੍ਰਿਫਤਾਰੀ ਹਜੇ ਕੋਈ ਨਹੀਂ ਜੀ। ਕਿੰਨੇ ਦੀ ਠੱਗੀ ਮਾਰਨ ਦਾ ਦੋਸ਼ ਲਾਇਆ ਇਹਨਾਂ ਨੇ? ਇਹ ਜੀ ਤਕਰੀਬਨ 25 ਲੱਖ ਜੀ। ਕੀ ਕਹਿਣਾ ਇਹਨਾਂ ਦਾ ਆਪਣੀ ਐਪਲੀਕੇਸ਼ਨ 'ਚ ਕੀ ਦੋਸ਼ ਲਾਇਆ ਇਹਨਾਂ ਨੇ? ਇਹਦੇ ਵੱਲੋਂ ਇਹੀ ਆ ਵੀ ਅਸੀਂ ਜਿਹੜੇ ਸੀਗੇ ਜਿਹੜੀ ਪ੍ਰਭਜੋਤ ਕੌਰ ਸੀਗੀ ਉਹਨੂੰ ਬਾਹਰ ਭੇਜਣ, ਉਹਦਾ ਉੱਥੇ ਪੜ੍ਹਾਈ ਦਾ ਖਰਚਾ ਅਤੇ ਉੱਥੇ ਦੇ ਰਹਿਣ ਸਹਿਣ ਦਾ ਖਰਚਾ ਇਹ ਇਹਦੇ ਵੱਲੋਂ ਕੀਤਾ ਗਿਆ ਸੀਗਾ ਆਪਣਾ ਬਲਰਾਜ ਸਿੰਘ ਵੱਲੋਂ। ਪਰ ਜਿਹੜਾ ਇਹ ਸੀਗਾ ਅੱਗੇ ਜਿਹੜੀ ਇਹਦੀ ਆਪਸ 'ਚ ਇਹਨਾਂ ਦੀ ਬੋਲਚਾਲ ਬੰਦ ਹੋ ਗਈ ਜਦੋਂ ਇਹਨੇ ਆਪਦੀ ਗੱਲ ਕੀਤੀ ਕਿ ਮੇਰਾ ਜਿਹੜਾ ਹੈਗਾ ਬਾਹਰ ਦਾ ਕਿੰਨੇ ਟਾਈਮ 'ਚ ਬਣ ਜਾਊਗਾ, ਜਿਹੜੀ ਇਹਦੀ ਇੱਛਾ ਸੀਗੀ ਵੀ ਹਾਂ ਮੈਂ ਆਪਣੀ ਪਤਨੀ ਕੋਲ ਬਾਹਰ ਜਾਵਾਂ, ਉਹ ਗੱਲਬਾਤ ਦੌਰਾਨ ਇਹਨਾਂ ਦੀ ਜਿਹੜੀ ਆਪਸ 'ਚ ਗੱਲਬਾਤ ਬੰਦ ਹੋ ਗਈ ਹੋਣੀ, ਫਿਰ ਉਹਨਾਂ ਨੇ ਇਹਨੂੰ ਕੋਈ ਕਿਸੇ ਤਰ੍ਹਾਂ ਦਾ ਰਾਹ ਸਿਰਾ ਨਹੀਂ ਦਿੱਤਾ, ਜਿਸ ਤੋਂ ਬਾਅਦ ਇਹਨੇ ਇਹ ਦਰਖਾਸਤ ਦਿੱਤੀ ਆਪਣਾ ਬਲਰਾਜ ਸਿੰਘ ਜੀ ਨੇ। ਅਤੇ ਬਾਅਦ ਪੜਤਾਲ ਜੋ ਗੱਲਾਂ ਸਾਹਮਣੇ ਆਈਆਂ ਉਹਦੇ ਮੁਤਾਬਕ 420/120 ਦਾ ਪਰਚਾ ਦਰਜ ਹੋਇਆ ਜੀ।